सो हाँ जी बच्चों, सब तो पहला तुहानू सारा प्यार भरी सत श्री अकाल। जिवें तुहानू पता ही है कि कल आपां ने एक वख वख वर्कशीटां नू ठीक है जी यूज करके उन्हां दे विच जिहड़ा डाटा सी कैलकुलेट किया सी, ते उस तरह ही आपां वख वख कार्ज पुस्तक मतलब कि वख वख वर्कबुक्स नू लै के डाटा नू किया जी कैलकुलेट किया सी। ते नाल ही उसदे एक मैक्रो की होंगे ने किस तरह पर कोड करते हैं उसके बगैर बारे की अपने सीखा सी जी। ते अज आप गल करांगे जी सैल ते रेंज नाम अप्लाई करना है ठीक है जी। आप किस तरह इन्हां नाम की है डिफाइन करते हैं, ते कहिंदे जिवें तुसीं वर्कशीटां विच सैलां दा नाम निर्धारित कर सकते हो ਅਤੇ ਤੇਜ਼ੀ ਨਾਲ ਖਾਸ ਸੈੱਲ ਨੂੰ ਲੱਭਣ ਲਈ ਨਾਮ ਭਰ ਕੇ ਇਸ ਨੂੰ ਵਰਤੋ। ਇਹ ਲਾਭਦਾਇਕ ਹੋ ਸਕਦਾ ਹੈ ਜਦੋਂ ਤੁਸੀਂ ਵੱਡੀਆਂ ਸਪਰੈਡਸ਼ੀਟਸ ਨਾਲ ਕੰਮ ਕਰ ਰਹੇ ਹੋ। ਉਦਾਹਰਣ ਦੇ ਲਈ ਜੇਕਰ ਤੁਹਾਡੇ ਕੋਲ ਕੋਈ ਕਰਿਆਨੇ ਅਤੇ ਕੀਮਤਾਂ ਦੀ ਲੰਬੀ ਜੋ ਲਿਸਟਾਂ ਨੇ ਤਾਂ ਤੁਸੀਂ ਉਸ ਦੇ ਵਿੱਚੋਂ ਜਿਹੜੀ ਵੱਖ ਵੱਖ ਸੂਚੀਆਂ ਠੀਕ ਹੈ ਨੂੰ ਲੈ ਕੇ ਅਤੇ ਵੱਖ ਵੱਖ ਆਈਟਮਾਂ ਦੀ ਜਿਹੜੀ ਕੀਮਤ ਹੈ ਉਹਨੂੰ ਪਤਾ ਕਰਨ ਲਈ ਕਿ ਇੱਕ ਨਾਮ ਡਿਫਾਈਨ ਕਰਕੇ ਠੀਕ ਹੈ ਤੁਸੀਂ ਇਸ ਸੈੱਲ ਜਾਂ ਰੇਂਜ ਨੂੰ ਵਰਤ ਸਕਦੇ ਹੋ ਸ਼ੀਟ ਦੇ ਵਿੱਚੋਂ। ਤਾਂ ਸਭ ਤੋਂ ਪਹਿਲਾਂ ਕੀ ਕੀਤਾ ਇਹਨਾਂ ਨੇ ਜੀ, ਕਹਿੰਦੇ ਇੱਕ ਨਵੀਂ ਸਪਰੈਡਸ਼ੀਟ ਖੋਲੋ। ਆਪਾਂ ਨੂੰ ਪਤਾ ਹੈ ਜਦੋਂ ਵੀ ਆਪਾਂ ਕੋਈ ਵੀ ਇੱਕ ਪ੍ਰੈਕਟੀਕਲ ਕਰਦੇ ਹਾਂ ਤਾਂ ਇੱਕ ਨਵੀਂ ਵੀ ਸਪਰੈਡਸ਼ੀਟ ਖੋਲ੍ਹ ਕੇ ਹੀ ਕਰਦੇ ਹਾਂ ਤਾਂ ਜੋ ਆਪਾਂ ਨੂੰ ਸਟਾਰਟਿੰਗ ਟੂ ਐਂਡਿੰਗ ਜਿਹੜੇ ਸਟੈਪ ਨੇ ਉਹ ਕੀ ਹੈ ਪ੍ਰੋਪਰ ਆਪਣੇ ਧਿਆਨ 'ਚ ਰਹਿਣ ਠੀਕ ਹੈ। ਅਤੇ ਇਸ ਤੋਂ ਬਾਅਦ ਜਿਹੜਾ ਸੀ ਆਪਣਾ, ਮੰਨ ਲਓ ਤੁਹਾਡੇ ਕੋਲ ਇਹ ਸਪਰੈਡਸ਼ੀਟ ਹੈ ਜਿਸਦੇ ਵਿੱਚ ਵੱਖ ਵੱਖ ਤੁਹਾਡੀਆਂ ਆਈਟਮਸ ਨੇ, ਮੰਨ ਲਓ ਤੁਹਾਡੇ ਕੋਲ ਸੂਚੀ ਹੈ ਜਿਵੇਂ ਤੁਹਾਡੇ ਕੋਲ ਐਪਲਸ, ਬਨਾਨਾ, ਕੈਬੇਜ, ਚੈਰੀ, ਚਿੱਲੀ, ਗਿੰਗਰ, ਗਰੇਪਸ, ਗਾਵਾ, ਵੱਖ ਵੱਖ ਆਪਾਂ ਨੇ ਆਈਟਮਸ ਲਿਸਟ ਦੇ ਵਿੱਚ ਲਿਖੀਆਂ ਹੋਈਆਂ ਨੇ ਅਤੇ ਨਾਲ ਹੀ ਉਹਨਾਂ ਦੀ ਦਿੱਤੀ ਹੋਈ ਹੈ ਆਪਣੇ ਜੀ ਇੱਕ ਕੋਸਟ ਕੀਮਤ ਦਿੱਤੀ ਹੋਈ ਹੈ ਜੀ। ਮੈਂ ਚਾਹੁੰਦਾ ਕਿ ਜਦੋਂ ਵੀ ਮੈਂ ਟੋਟਲ ਕਰਾਂ ਮਤਲਬ ਸਮ ਕਰਾਂ ਤਾਂ ਜਿਹੜੇ ਵੱਖ ਵੱਖ ਜਿਵੇਂ ਕਿ ਵੈਜੀਟੇਬਲ ਦੇ ਜਿਹੜੀ ਕੀਮਤ ਹੈ ਕੁੱਲ ਉਹ ਮੇਰੇ ਕੋਲ ਅਲੱਗ ਪਤਾ ਹੋ ਜਾਵੇ ਠੀਕ ਹੈ ਜੀ। ਅਤੇ ਜਿਹੜੀ ਆਪਣੇ ਫਰੂਟਸ ਨੇ ਉਹਨਾਂ ਦੀ ਕੀਮਤ ਕੀ ਆਪਾਂ ਨੂੰ ਜਲਦੀ ਪਤਾ ਲੱਗ ਜਾਵੇ ਕਿਉਂਕਿ ਐਡੀ ਵੱਡੀ ਲਿਸਟ ਹੈ ਤਾਂ ਲਿਸਟ ਦੇ ਵਿੱਚ ਆਪਾਂ ਨੂੰ ਫਾਇੰਡ ਆਊਟ ਕਰਨਾ ਇਕੱਲਾ ਇਕੱਲਾ ਕਿ ਬਹੁਤ ਔਖਾ। ਤਾਂ ਆਪਾਂ ਵੱਖ ਵੱਖ ਫਰੂਟਸ ਨੂੰ ਲੈ ਕੇ ਇੱਕ ਕੰਬਾਈਨ ਕਰਕੇ ਠੀਕ ਹੈ ਇੱਕ ਕੈਟਾਗਰੀਜ਼ ਮਤਲਬ ਕਿ ਫਰੂਟਸ ਦੇ ਵਿੱਚ ਕੀ ਉਹਨਾਂ ਨੂੰ ਨਾਮ ਕੀ ਉਹਨਾਂ ਨਾਲ ਡਿਫਾਈਨ ਕਰਾਂਗੇ ਅਤੇ ਉਹਨਾਂ ਦੀ ਆਪਾਂ ਕੀਮਤ ਨੂੰ ਕੀ ਕਰਾਂਗੇ ਜੀ ਟੋਟਲ ਦੇ ਵਿੱਚ ਲੈ ਕੇ ਉਹਦੀ ਵੈਲਿਊ ਕੀ ਹੈ ਜੀ ਪਤਾ ਕਰਾਂਗੇ ਲੱਭਾਂਗੇ ਮਤਲਬ। ਤਾਂ ਕਹਿੰਦੇ ਸੈੱਲਾਂ ਦੇ ਵਿਰੁੱਧ ਖਰਚ ਨੂੰ ਚੁਣੋ, ਉਹਨਾਂ ਦੀ ਜਿਹੜੀ ਕੋਸਟ ਆਪਾਂ ਚੁਣ ਲਿਆ ਸੀ ਜਿਵੇਂ ਕਿ ਕਹਿੰਦੇ ਐਪਲ, ਬਨਾਨਾ, ਚੈਰੀ ਠੀਕ ਹੈ ਵੱਖ ਵੱਖ ਉਹਨਾਂ ਦੀ ਕੀ ਨੇ ਜੀ ਕੀਮਤਾਂ। ਤਾਂ ਇਹਨਾਂ ਨੂੰ ਚੁਣਨਾ ਕਿਵੇਂ ਆਪਣੇ ਜੀ, ਤੁਹਾਡੇ ਲਵੇ ਕੀਬੋਰਡ ਤੋਂ ਇੱਕ ਕੰਟਰੋਲ ਜਿਹੜੀ ਕੀ ਆ ਉਹਨੂੰ ਦਬਾ ਕੇ ਰੱਖੋ ਅਤੇ ਜਿਹੜੇ ਜਿਹੜੇ ਆਪਾਂ ਸੈੱਲ ਨੂੰ ਠੀਕ ਹੈ ਕੈਟਾਗਰਾਈਜ਼ ਦੇ ਵਿੱਚ ਮਤਲਬ ਕੀ ਹੈ ਜਿਹਨਾਂ ਨੂੰ ਡਿਫਾਈਨ ਕਰਨਾ ਆਪਾਂ ਨਾਮ ਉਹਨਾਂ ਨੂੰ ਕੀ ਕਰਨਾ ਜੀ ਚੁਣਨਾ। ਮੰਨ ਲਓ ਆਪਾਂ ਨੇ ਇੱਕ ਲਿਸਟ ਹੈ ਉਸਦੇ ਵਿੱਚ ਦੋ ਤਰ੍ਹਾਂ ਦੀਆਂ ਆਈਟਮਾਂ ਨੇ, ਇੱਕ ਤਾਂ ਇਹ ਫਰੂਟਸ ਦੀਆਂ ਨੇ ਸਾਰੀਆਂ ਆਈਟਮਾਂ ਵਿੱਚ, ਇੱਕ ਹੈ ਵੈਜੀਟੇਬਲ ਮਤਲਬ ਕਿ ਇੱਕ ਸਬਜ਼ੀਆਂ ਦੀਆਂ ਆਪਾਂ ਨੇ ਕੀਮਤਾਂ ਦਿੱਤੀਆਂ ਨੇ ਅਤੇ ਇੱਕ ਫਲਾਂ ਦੀਆਂ ਕੀਮਤਾਂ ਦਿੱਤੀਆਂ ਨੇ। ਤਾਂ ਮੈਂ ਚਾਹੁੰਦਾ ਜੀ ਜਿਹੜੀ ਲਿਸਟ ਦੇ ਵਿੱਚੋਂ ਜਿਹੜੀਆਂ ਰੈਂਡਮਲੀ ਮਤਲਬ ਵੱਖ ਵੱਖ ਲਿਸਟਾਂ ਦੇ ਵਿੱਚ ਜਿਹੜੀਆਂ ਆਈਟਮਾਂ ਨੇ ਦਿੱਤੀਆਂ ਹੋਈਆਂ ਨੇ ਆਪਾਂ ਇੱਕ ਉਹਨਾਂ ਨੂੰ ਅਲੱਗ ਅਲੱਗ ਨਾਮ ਡਿਫਾਈਨ ਕਰਕੇ ਆਪਾਂ ਕੀ ਕਰਾਂਗੇ ਇਹਨਾਂ ਦਾ ਸਮ ਠੀਕ ਹੈ ਜੀ ਜਿਹੜਾ ਕਰਾਂਗੇ ਪਤਾ ਕਰਾਂਗੇ ਟੋਟਲ। ਤਾਂ ਕਹਿੰਦੇ ਰਾਈਟ ਕਲਿੱਕ ਕਰੋ ਕੰਟਰੋਲ ਕੀ ਨਾਲ ਕੀ ਜਿਹੜੀਆਂ ਨੇ ਤੁਸੀਂ ਆਈਟਮਾਂ ਨੂੰ ਨਾਮ ਦੇਣਾ ਚਾਹੁੰਦੇ ਹੋ ਉਹਨਾਂ ਨੂੰ ਕੀ ਕਰੋ ਜੀ ਉਹਨਾਂ 'ਤੇ ਕੀ ਕਰੋ ਜੀ ਕਲਿੱਕ ਕਰੋ ਅਤੇ ਰਾਈਟ ਕਲਿੱਕ ਕਰੋ ਅਤੇ ਉਸ ਤੋਂ ਬਾਅਦ ਨੇਮ ਏ ਰੇਂਜ ਨੂੰ ਚੁਣੋ। ਨੇਮ ਏ ਰੇਂਜ ਨੂੰ ਚੁਣਨ ਤੋਂ ਬਾਅਦ ਠੀਕ ਹੈ ਤੁਹਾਡੇ ਕੋਲ ਇੱਕ ਡਾਇਲੋਗ ਬੋਕਸ ਖੁੱਲ੍ਹੇਗਾ ਜਿਸ ਦੇ ਵਿੱਚ ਤੁਸੀਂ ਕੀ ਕਰੋਗੇ ਡਿਫਾਈਨ ਕਰੋਗੇ ਉਸ ਜਿਹੜੇ ਆਪਣੇ ਸੈੱਲ ਜਿਹੜੇ ਚੁਣੇ ਹੋਏ ਨੇ ਤੁਸੀਂ ਉਹਨਾਂ ਨੂੰ ਕੀ ਕਰੋਗੇ ਆਪਾਂ ਡਿਫਾਈਨ ਕਰਾਂਗੇ ਨੇਮ ਦੇਵਾਂਗੇ ਕੋਈ ਵੀ ਕੈਟਾਗਰੀ ਕੀ ਦੇਵਾਂਗੇ ਕਈ ਨੇਮ ਨੂੰ ਪ੍ਰਭਾਵਿਤ
करांगे। कहीं जे तुसी राइट क्लिक नहीं करते तो तुसी एक अपने को पता ही बख टैब्स ने जी, तो उस उन्होंने टैब्स विच एक फार्मूलाज टैब्स है जिस विचों तुहानू एक डिफाइंड नेम्स ग्रुप हेठ भी यह ऑप्शन की है तुहानू मिल जाएगी। ठीक है, फार्मूला टैब्स दे विच डिफाइंड नेम्स ग्रुप हेठ एक डिफाइंस नेम की ऑप्शन है, उन्हें की करना पेगा चुनना पेगा। जे आप राइट क्लिक नहीं करते आप रीबन के जरिए इस काम नूं की है प्रैक्टिकल नूं की करना चाहते हैं जे, तो कहते नाम भरने लई तुहानू एक न्यू नेम डायलॉग बॉक्स की है दिसदा है। नेम फील्ड दे विच फ्रूट्स भरो क्योंकि अपने जो फ्रूट्स वाली आइटमां नूं की कीता है चुनिया होया है, तो उत्थे की नेम भरो जी फ्रूट्स भरो तो ओके ते क्लिक करो। इस तरह ही आप एक वेजिटेबल्स जिहड़ियां वख वख सब्जियां ने आइटम्स ने उन्हां दी कीमत नूं चुनांगे, तो उन्हां दी कीमत नूं की है आप चुन के उन्हां दा की नाम रखांगे वेजिटेबल्स नाम की है डिफाइन करांगे। जिस तरह एक बॉक्स दिख रहा तुहानूं जो तुसीं क्लिक करोगे तो तुहानूं पहला वो नेम नेम्स लिखता उन्होंने फ्रूट्स। ठीक है, स्कोप की वर्कबुक अपने को रेफरेंस मतलब कि किन्ने सैल कि शीट हैगी सैल नंबर किन्ना है वह। ठीक है, अगेन शीट नंबर किन्नी है तो सैल नंबर किन्ना है। उस तो बाद की करा आप ओके ते क्लिक करा जिमें इन्होंने फ्रूट्स दिता नेम इस तरह आप वेजिटेबल्स भी दे सकते हैं क्योंकि जो वेजिटेबल आइटम से अपने तो वेजिटेबल नाम देवे। तो जेकर तुसी कहिंदे लिस्टां दे विच्चों फलां दा कुल खर्चा कैलकुलेट करना चाहुंदे हो मतलब कि उहनां दा खर्चा की आई कैलकुलेट करना चाहुंदे हो, तां की करांगे आपां ई किसे भी सैल दे विच जाके ठीक है एक फार्मूला ई जे जोड़ पता करना है सम। ठीक है, ये फंक्शन है तुहाडे कोल इक फार्मूले बार दे विच लिखांगे जी बराबर दा चिन्ह सम एस यू एम सम ब्रैकेट स्टार्ट करांगे ते उस डिफाइन जिहड़ा कीता सी अपना नाम उस नूं की करांगे जी भरांगे ब्रैकेट क्लोज करके की करांगे आपां एंटर बटन प्रेस करांगे। तुसी देखोगे जिहड़ियां आइटमां दा आपां नाम डिफाइन किया सी ऑटोमैटिकली की आई उह तुहाडे कोल उहनां दा की है जोड़ पता हो जाएगा तुहानूं। तां इसका प्रैक्टिकल आपां करदे हां, इस दे नाल नाल आपां जिहड़े बेसिक स्टैप ने ठीक है किसी भी सॉफ्टवेयर नूं चलाउण दे ठीक है वह भी सीखांगे आपां ने, ते आपां दुबारा फिर दोहराई करांगे कि वख वख जिहड़े बेसिक स्टैप जो मतलब कम का की परपज आई कि आपां इहनूं किस तरह शुरू करना टूल्स नूं किस तरह आपां डाटा इहदे विच एंटर करना टाइप करना है ते किस तरह इस फाइल नूं सेव करके बंद करना है। ठीक है, ये अपने बेसिक काम होंदे ने किसी भी टूल बार नूं टूल नूं चलाउण दे लई। ठीक है, तो अपने कोल इक स्प्रैडशीट टूल आई जिसकी उदाहरण एक एम एस एक्सल, तो स्टार्ट ते क्लिक करो शुरू करन दे काम आई आल प्रोग्राम्स ते क्लिक करो तो माइक्रोसॉफ्ट ऑफिस दे विच एक एम एस एक्सल की आई जो टूल है स्प्रैडशीट टूल है नज़र आएगा। ये थोड़ा जिहड़ा ब्लैंक जिहड़ी वर्कशीट है मतलब वर्कबुक आई थोड़े कोल नज़र आ रही हैगी। ठीक है, ये सारे अपन पता सी किस दी ग्रिड लाइनस ने। ठीक है जी, उपरले ए बी सी डी ए की ने सारे जी हैडिंग्स ने 1 2 3 4 के अपनी रोज ने। ठीक है, ए बी सी डी आप होर की ने कोलम्स भी कह दें आने की ने सारा रिबन है जिस दे विच वख वख टैब्स ने, तो वख वख टैब्स दे विच की है अपने कोल वख वख की ने जी जिवें क्लिप बोर्ड ग्रुप है फोन ग्रुप है अलाइनमेंट ग्रुप है वख उस दे विच की ने अगे ऑप्शनस ने। तो अपने गल की सी हुण एक सैल। ठीक है जी, मतलब आ कड़ा सैल है जी एक एक्टिव सैल है जिस बी टू की है एक एक्टिव सैल है जिस दे विच कि गूढ़े रंग का क्या आयताकार की एक बॉक्स बनया होगा इसन बोलते आप एक्टिव सैल। अपन पता है बाय डिफॉल्ट मतलब कि जो भी आप कोई भी स्प्रैडशीट जो टूल के राही आप कोई वर्कबुक ओपन करते हैं तो तीन जिहड़ियां वर्कशीटा बाय डिफॉल्ट उस होंदियां ने जिवें शीट नंबर 1 शीट नंबर 2 शीट नंबर 3 आप इंसर्ट भी कर सकते हैं अपनी मन चा। ठीक है, 4 5 जिन्नी मर्जी शीटा की कर सकते जी होर दाखिल कर सकते। तो हुण आपां जिहड़ा काम करना जी एक सैल अते रेंज नूं नाम दे के उन्हां दा टोटल की आपां पता करांगे कैलकुलेट करांगे डाटा उन्हां दा। मान लो मैंने इत्थे लिखता जी आइटम्स। ठीक है जी, इधर लिखती उन्हां दी कोई भी पोस्ट। ठीक है जी, इत्थे ए बी
ਤੁਹਾਡੇ ਕੋਲ ਦੋ ਕਾਲਮਸ ਨੇ, ਇੱਕ ਆ ਆਈਟਮਸ ਦਾ ਜਿਸ ਵਿੱਚ ਆਪਾਂ ਹੈਡਿੰਗ ਦਿੱਤਾ ਜੀ ਉਸ ਕਾਲਮ ਨੂੰ ਆਈਟਮ, ਠੀਕ ਹੈ ਜੀ, ਬੋਲਡ ਕਰ ਦੇਣਾ ਮੈਂ, ਕੰਟਰੋਲ ਪਲੱਸ ਬੀ ਕਰਕੇ ਵੀ ਕਰ ਸਕਦੇ ਆਪਾਂ ਇੱਥੇ, ਠੀਕ ਹੈ ਜੀ, ਜਾਂ ਆਪਾਂ ਬੀ ਜਿਹੜਾ ਆ ਆਪਾਂ ਨੂੰ ਆਈਕਨ ਦਿਖ ਰਿਹਾ ਆਪਸ਼ਨ ਦਿਖ ਰਹੀ ਹੈ ਫੋਂਟ ਗਰੁੱਪ ਦੇ ਵਿੱਚ, ਆਪਾਂ ਉਸ 'ਤੇ ਵੀ ਕਲਿੱਕ ਕਰਕੇ ਬੋਲਡ ਕਰ ਸਕਦੇ। ਇੰਨਾ ਸਾਈਜ਼ ਆਪਾਂ ਗਰੋ ਕਰ ਰਹੇ ਹਾਂ ਫੋਂਟ ਦਾ, ਠੀਕ ਹੈ ਜੀ, ਜਿਹੜੀਆਂ ਸੈਲਜ ਦੇ ਵਿੱਚ ਨੇ ਵੈਲਿਊਸ ਉਹਨਾਂ ਨੂੰ ਆਪਾਂ ਫੋਂਟ ਕੇ ਹੀ ਗਰੋ ਕਰ ਰਹੇ। ਰੈਪ ਟੈਕਸਟ ਦਾ ਕਿਵੇਂ ਕਰਾਂਗੇ ਜੀ? ਦੇਖੋ ਜੇ ਬੇਟ ਹੈਗਾ, ਇਹ ਬੇਟ ਦੇ ਵਿੱਚ ਐਚ ਡੀ ਹੈਗੀ ਹੈ, ਰੈਪ ਨਹੀਂ ਹੈਗੀ, ਇਹ ਵਿੱਚ ਇੱਕ ਲਾਈਨ ਦੇ ਵਿੱਚ ਹੀ ਆ ਰਹੀ ਹੈਗੀ, ਠੀਕ ਹੈ। ਆਪਾਂ ਇਹਦੇ ਨੂੰ ਰੈਪ ਕਰਾਂਗੇ ਤਾਂ ਇਹ ਆਟੋਮੈਟਿਕਲੀ ਕੀ ਹੈ ਐਚ ਟੀ ਨੀਚੇ ਆ ਗਿਆ, ਕਿਉਂਕਿ ਇਹ ਆਪਣੇ ਆਪ ਕੀ ਹੈ ਜੀ ਰੋਅ ਦੇ ਵਿੱਚ ਅਗਲੀ ਲਾਈਨ ਦੇ ਵਿੱਚ ਕੀ ਹੈ ਚਲੇ ਜਾਂਦੇ। ਜੇ ਟੈਕਸਟ ਇੱਕ ਕੋਲਮ ਦੇ ਵਿੱਚ ਨਹੀਂ ਪ੍ਰੋਪਰ ਆਉਂਦੇ ਤਾਂ ਕੀ ਹੈ ਜੀ ਆਪਣੇ ਆਪ ਅਗਲੀ ਲਾਈਨ ਦੇ ਵਿੱਚ ਚਲੇ ਜਾਂਦੇ ਨੇ, ਰੈਪ ਹੋ ਜਾਂਦੇ ਨੇ। ਤਾਂ ਮੈਂ ਚਾਹੁੰਦਾ ਜੀ ਇਹ ਰੈਪ ਨਾ ਹੋਣ, ਆਪਣੇ ਆਪ ਆਟੋ ਫਿੱਟ ਕੋਲਮ ਬਿਰਥ ਕਰਾਂਗੇ ਆਪਾਂ ਇਹਨਾਂ ਦੀ, ਜਿੰਨੀ ਟੈਕਸਟ ਨੇ ਉਨੀ ਕੀ ਇਹਨਾਂ ਦੀ ਹੋ ਜਾਏ ਜੀ ਬਿਰਥ ਹੋ ਜਾਏ। ਮਤਲਬ ਸਿਲੈਕਟ ਕੀਤਾ ਮੈਂ ਪਹਿਲਾਂ ਇਹਨਾਂ ਨੂੰ ਜੀ, ਫੋਰਮੈਟ 'ਤੇ ਗਿਆ, ਆਟੋ ਫਿੱਟ, ਠੀਕ ਹੈ ਜੀ। ਤੁਸੀਂ ਦੇਖੋਗੇ ਹੁਣ ਜਿਹੜਾ WEIGHT ਬੇਟ ਹੈ ਜਿਹੜਾ ਤੁਹਾਨੂੰ ਪ੍ਰੋਪਰ ਇੱਕ ਕੋਲਾਂ ਦੇ ਵਿੱਚ ਸਹੀ ਨਜ਼ਰ ਆ ਰਿਹਾ ਹੈਗਾ। ਆਪਾਂ ਇਹਨਾਂ ਸਾਰਿਆਂ ਦਾ ਕੀ ਕਰਾਂਗੇ, ਬੋਰਡਰ ਵੀ ਲਗਾਵਾਂਗੇ, ਠੀਕ ਹੈ ਜੀ। ਬੋਰਡਰ ਲਗਾਉਣ ਵਾਸਤੇ ਤੁਹਾਡੇ ਕੋਲ ਆ ਬੋਟਮ ਬੋਰਡਰ ਲੱਗਿਆ ਹੈ, ਆਪਾਂ ਕੀ ਹੈ ਆਲ ਬੋਰਡਰਸ ਕਰਾਂਗੇ, ਸਾਰੇ ਨੂੰ ਕੀਤਾ ਇੱਕ ਬੋਰਡਰ ਦੇ ਦਿੱਤਾ। ਤਾਂ ਮੈਂ ਚਾਹੁੰਦਾ ਜਿਹੜੀਆਂ ਆ ਗ੍ਰਿਡਸ ਲਾਈਨ ਹੈ ਇਹ ਵੀ ਹਟ ਜਾਣ ਚਾਹੇ, ਠੀਕ ਹੈ। ਇਹਨਾਂ ਨੂੰ ਹਟਾਉਣ ਵਾਸਤੇ ਕੀ ਕਰਦੇ ਨੇ ਆਪਾਂ ਜੀ, ਵਿਊਜ਼ ਦੇ ਵਿੱਚ ਜਾ ਕੇ ਗ੍ਰਿਡ ਲਾਈਨਸ ਜਿਹੜੀਆਂ ਨੇ ਹਟ ਜਾਣਗੀਆਂ, ਤੁਹਾਡੇ ਕੋਲ ਦੇਖੋ ਨਜ਼ਰ ਨਹੀਂ ਆ ਰਹੀਆਂ ਤੁਹਾਨੂੰ ਗ੍ਰਿਡ ਲਾਈਨਸ, ਠੀਕ ਹੈ ਜੀ। ਤਾਂ ਤੁਸੀਂ ਇੱਥੇ ਇੱਕ ਚੀਜ਼ ਜੇ ਦੇਖੋ, ਮੈਂ ਆਈਟਮਸ ਦੇ ਵਿੱਚ ਲਿਖਿਆ ਜੀ ਕੈਪੀਟਲ ਏ ਕੈਪੀਟਲ ਬੀ, ਠੀਕ ਹੈ ਜੀ। ਜਿਹੜੇ ਲੋਅਰ ਕੇਸ ਦੇ ਵਿੱਚ ਮੈਂ ਪਾਤੀ ਜੀ ਏ, ਫਿਰ ਬੀ ਛੋਟੇ, ਫਿਰ ਵੱਡੀ ਬੀ ਸੀ ਪਾਤੀ ਮੈਂ, ਇਸ ਤਰ੍ਹਾਂ ਵੱਖ ਵੱਖ ਕੀਨ ਪਾਏ ਨੇ, ਮੈਂ ਲੈਟਰ ਪਾਏ ਨੇ, ਆਈਟਮਸ ਦੇ ਨਾਮ ਪਾਏ ਨੇ। ਤਾਂ ਉਹਨਾਂ ਦਾ ਕੀ ਦਿੱਤਾ ਮੈਂ ਜੀ ਵੱਡੀ ਏ ਦਾ ਵੇਟ ਦਿੱਤਾ, ਮਤਲਬ ਕਿ ਉਹਦੇ 10 ਨੰਬਰ ਦਿੱਤੇ, ਬੀ ਦੇ 15 ਨੰਬਰ ਦਿੱਤੇ, ਵੱਖ ਵੱਖ ਆਪਾਂ ਕੀ ਕੀਤਾ ਜੀ ਰੈਂਕ ਦਿੱਤਾ ਚਾਹੇ। ਤਾਂ ਮੈਂ ਹੁਣ ਇਹਨਾਂ ਨੂੰ ਡਿਫਾਈਨ ਕਰੂੰਗਾ ਜੀ, ਨਾਮ ਡਿਫਾਈਨ ਕਰੂੰਗਾ, ਇੱਕ ਨੂੰ ਨਾਮ ਡਿਫਾਈਨ ਕਰੂੰਗਾ ਜੀ ਅਪਰ ਕੇਸ, ਇੱਕ ਨੂੰ ਕਰੂੰਗਾ ਜੀ ਲੋਅਰ ਕੇਸ, ਕਿਉਂਕਿ ਜਿਹੜੇ ਆਪਣੇ ਕੋਲ ਲੈਟਰਸ ਨੇ, ਠੀਕ ਹੈ, ਉਹ ਅਪਰ ਕੇਸ ਦੇ ਨੇ ਇੱਕ ਲੋਅਰ ਕੇਸ ਨੇ। ਕਿਉਂਕਿ ਹੁਣ ਮੈਂ ਜੇ ਇਹਨਾਂ ਦਾ ਡਾਟਾ ਕੈਲਕੂਲੇਟ ਕਰਨ ਲੱਗ ਜਾਂ ਤਾਂ ਮੈਨੂੰ ਦੇਖਣਾ ਪਊਗਾ ਛੋਟੀ ਜਿਹੀ ਕਿੱਥੇ ਜੀ ਹੈ, ਵੱਖ ਵੱਖ ਰੈਂਡਮਲੀ ਪਏ ਨੇ ਆਪਾਂ ਕੋਲ, ਠੀਕ ਹੈ ਜੀ। ਤਾਂ ਮੈਂ ਹੁਣ ਇਹਨਾਂ ਨੂੰ ਸਿਲੈਕਟ ਕਰੂੰਗਾ, ਜਦ ਤੱਕ ਕੰਟਰੋਲ ਕੀ ਪ੍ਰੈਸ ਕਰੂੰਗਾ, ਦੇਖੀ ਜਾਓ, ਕੰਟਰੋਲ ਬੀ ਵੀ ਆਪਾਂ ਸਿਲੈਕਟ ਕਰਨਾ ਹੈ, ਸੀ ਵੀ ਸਿਲੈਕਟ ਕਰਨਾ ਹੈ, ਈ ਵੀ ਸਿਲੈਕਟ ਕਰਾਂਗੇ ਵੱਡੇ ਅੱਖਰ ਵਿੱਚ, ਅਤੇ ਜੀ ਵੀ, ਠੀਕ ਹੈ ਜੀ। ਤਾਂ ਤੁਸੀਂ ਦੇਖੋਗੇ ਪੰਜ ਜਿਹੜੇ ਲੈਟਰ ਨੇ ਆਈਟਮਸ ਨੇ ਉਹ ਕੀ ਹੈ ਕੈਪੀਟਲ ਨੇ। ਮੈਂ ਕੰਟਰੋਲ ਜਿਹੜੀ ਕੀ ਹੈ ਪ੍ਰੈਸ ਕੀਤੀ ਹੈ, ਹੁਣ ਮੈਂ ਇਹਨੂੰ ਛੱਡ ਦੂੰਗਾ, ਰਾਈਟ ਕਲਿੱਕ ਕਰੂੰਗਾ, ਤਾਂ ਤੁਹਾਨੂੰ ਲਿਖਿਆ ਹੋਊਗਾ ਨੇਮ ਏ ਰੇਂਜ, ਠੀਕ ਹੈ ਜੀ। ਕੀ ਲਿਖਿਆ ਗਿਆ ਜੀ ਨੇਮ ਏ ਰੇਂਜ। ਤਾਂ ਮੈਂ ਇਸ ਨੂੰ ਨੇਮ ਬਾਕਸ ਵਿੱਚ, ਠੀਕ ਹੈ, ਇਹਨਾਂ ਦਾ ਲਿਖੂੰਗਾ ਕੈਪੀਟਲ, ਕੈਪੀਟਲ ਇੱਕ ਨਾਮ ਡਿਫਾਈਨ ਕਰਤਾ, ਠੀਕ ਹੈ। ਸਕੋਪ ਕੀ ਹੈ ਤੁਹਾਡਾ, ਵਰਕਬੁੱਕ ਹੈ, ਕਮੈਂਟਸ ਕੁਛ ਦੇਣੇ ਤੁਸੀਂ ਦੇ ਸਕਦੇ ਹੋਗੇ। ਰੈਫਰੈਂਸ ਦਾ ਮਤਲਬ ਕੀ ਹੈ, ਸ਼ੀਟ ਨੰਬਰ ਇੱਕ ਹੈ ਜੀ, ਉਸਦੇ ਵਿੱਚ ਕੀ ਹੈ ਬੀ ਥਰੀ ਸੈੱਲ ਹੈ, ਮਤਲਬ ਆਹ ਸੈੱਲ ਏ ਜਿਹੜਾ ਬੀ ਥਰੀ ਹੈ, ਸ਼ੀਟ ਨੰਬਰ ਇੱਕ ਦੇ ਵਿੱਚ ਬੀ ਫੋਰ ਸੈੱਲ ਵੀ ਹੈ, ਸ਼ੀਟ ਨੰਬਰ ਇੱਕ ਦੇ ਵਿੱਚ ਕੀ ਹੈ ਜੀ ਬੀ ਸੈਵਨ ਵੀ ਹੈ, ਬੀ ਨਾਈਨ ਵੀ ਹੈ, ਅਤੇ ਬੀ ਇਲੈਵਨ ਵੀ ਹੈ। ਤਾਂ ਵੱਖ ਵੱਖ ਆਪਾਂ ਨੂੰ ਰੈਫਰੈਂਸ ਦੇ ਵਿੱਚ ਉਹਨਾਂ ਨੂੰ ਕੀ ਕਰਤਾ ਜੀ ਆਪਾਂ ਨਾਮ ਦਿੱਤਾ। ਤਾਂ ਆਪਾਂ ਜਿਹੜੇ ਪੰਜ ਲੈਟਰ ਨੇ ਆਈਟਮਸ ਨੇ ਇਹਨਾਂ ਨੂੰ ਇੱਕ ਨਾਮ ਦਿੱਤਾ ਪੰਜ ਨੂੰ ਕੈਪੀਟਲ, ਠੀਕ ਹੈ ਜੀ, ਓਕੇ 'ਤੇ ਕਲਿੱਕ ਕਰਤਾ, ਠੀਕ ਹੈ ਜੀ। ਇਹ ਕੀ ਸੀ ਆਪਣੇ ਹਜੇ ਸੈੱਲ ਨੂੰ ਆਪਾਂ ਕੀਤਾ ਜੀ ਨਾਮ ਅਪਲਾਈ ਕੀਤਾ। ਇਸੇ ਤਰ੍ਹਾਂ ਮੈਂ ਛੋਟੇ ਸੈੱਲ ਨੂੰ ਚੁਣੂੰਗਾ, ਛੋਟੀ ਏ ਚੁਣ ਲਈ ਆਪਾਂ, ਬੀ ਵੀ ਚੁਣ ਲਈ ਜੀ, ਡੀ ਵੀ ਚੁਣ ਲਏ ਜੀ, ਐਫ ਵੀ ਚੁਣ ਲਏ, ਕੋਈ ਹੋਰ ਲੈਟਰ ਹੈ ਨਹੀਂ ਹੈ ਨਾ ਜੀ। ਤਾਂ ਮੈਂ ਇਹਨਾਂ ਨੂੰ ਚੁਣਿਆ ਜੀ। ਦੂਸਰਾ ਸਟੈਪ ਸੀ ਤੁਹਾਡਾ ਜੀ, ਜੇ ਤੁਸੀਂ ਰਾਈਟ ਕਲਿੱਕ ਨਹੀਂ ਕਰਨਾ ਤਾਂ ਫਾਰਮੂਲਾ ਬਾਰ ਟੈਬਸ ਵਿੱਚ ਜਾਓ, ਡਿਫਾਈਨ ਨਾਮਸ ਦਾ ਗਰੁੱਪ ਆ, ਠੀਕ ਹੈ ਜੀ, ਉਸਦੇ ਵਿੱਚ ਲਿਖਿਆ ਜੀ ਡਿਫਾਈਨ ਨੇਮ। ਤਾਂ ਨੇਮ ਕੀ ਕਰਾਂਗਾ ਮੈਂ ਜੀ ਡਿਫਾਈਨ ਕਰੂੰਗਾ। ਉਸੇ ਤਰ੍ਹਾਂ ਸਟੈਪ ਇਹਨੂੰ ਕੀ ਲਿਖੂੰਗਾ ਮੈਂ ਲੋਅਰ ਕੇਸ, ਕਿਉਂਕਿ ਇਹ ਛੋਟੇ ਅੱਖਰ ਨੇ ਜੀ ਲੋਅਰ ਕੇਸ 'ਚ ਨੇ, ਤਾਂ ਇਸਦੇ ਵਿੱਚ ਵੀ ਸਾਰਾ ਕੁਝ ਉਵੇਂ ਹੈ, ਉਹ ਕਿਤੇ ਕਲਿੱਕ ਕਰੂੰਗਾ। ਤਾਂ ਹੁਣ ਮੈਂ ਚਾਹੁੰਦਾ ਜਿਹੜਾ ਜੀ ਇੱਥੇ ਮੈਂ ਇੱਕ ਲਿਖ ਦਿਆਂਗਾ ਟੋਟਲ, ਠੀਕ ਹੈ ਜੀ,
ਇੱਥੇ ਕੈਪੀਟਲ, ਇੱਥੇ ਲੋਅਰ ਕੇਸ, ਇਹ ਤਾਂ ਲਿਖ ਰਹੇ ਹਾਂ ਆਪਾਂ ਨੂੰ ਤਾਂ ਕਿ ਜੋ ਪਤਾ ਲੱਗ ਜਾਏ ਕਿ ਆਪਾਂ ਕਿਸ ਦੀ ਜਿਹੜੀ ਵੈਲਿਊ ਹੈ ਕੀਮਤ ਹੈ ਫਾਈਂਡ ਆਊਟ ਕਰਾਂਗੇ। ਠੀਕ ਹੈ ਜੀ, ਤਾਂ ਤੁਸੀਂ ਦੇਖੋਗੇ ਜਿਹੜਾ ਇੱਥੇ ਲਿਖ ਦਿੰਦੇ ਆਪਾਂ ਜੀ ਨੇਮ ਡਿਫਾਈਨ ਨੇਮਸ। ਠੀਕ ਹੈ ਜੀ, ਨੇਮ ਤੁਹਾਡੇ ਕੈਪੀਟਲ ਰੱਖਿਆ ਇੱਕ, ਲੋਅਰ ਕੇਸ। ਤਾਂ ਮੈਂ ਟੋਟਲ ਕਰਨਾ ਹੈ ਜੀ ਉਹਨਾਂ ਪੰਜ ਵੈਲਿਊ ਦਾ ਜਿਹੜੇ ਕਿ ਆਪਣੇ ਕੈਪੀਟਲ ਰੱਖਿਆ ਜਿਹਨਾਂ ਸੈੱਲਾਂ ਦਾ, ਕੀ ਆਈ ਨਾਮ ਕੀ ਆਈ ਕੈਪੀਟਲ ਰੱਖਿਆ ਗਾ, ਬਰਾਬਰ ਐਸ ਯੂ ਐਮ ਸਮ ਬ੍ਰੈਕਟ ਸਟਾਰਟ ਸੀ ਏ ਪੀ ਟੀ ਆਈ ਏ ਐਲ ਕਲੋਜ਼ ਕਰੂੰਗਾ, ਐਂਟਰ ਪ੍ਰੈਸ ਕਰੂੰਗਾ। ਠੀਕ ਹੈ ਜੀ, ਤਾਂ ਤੁਸੀਂ ਦੇਖੋਗੇ ਇੱਥੇ ਨਜ਼ਰ ਨਹੀਂ ਆ ਰਿਹਾ ਤੁਹਾਨੂੰ ਨਾ ਜੀ। ਠੀਕ ਹੈ ਜੀ, ਕਿਉਂ ਨਹੀਂ ਨਜ਼ਰ ਆ ਰਿਹਾ ਇਹ ਲੋਅਰ ਕੇਸ ਦਾ ਕਰਕੇ ਦੇਖਦੇ ਆਪਾਂ, ਐਸ ਯੂ ਐਮ ਲੋਅਰ ਕੇਸ। ਨਾਮ ਆਪਣੇ ਲਵੇ ਸ਼ੋ ਕਰ ਰਹੇ ਨੇ, ਬਟ ਉਹਨਾਂ ਦਾ ਕਿਹੜਾ ਸਮ ਹੈ ਉਹ ਨਹੀਂ ਆ ਰਿਹਾ ਹਜੇ। ਆਪਾਂ ਦੇਖਦੇ ਕਿੱਥੇ ਥੋੜ੍ਹੀ ਜਿਹੀ ਪ੍ਰੋਬਲਮ ਹੈ। ਏ ਬੀ ਸੀ ਇਹਨਾਂ ਨੂੰ ਆਪਾਂ ਨਾਮ ਡਿਫਾਈਨ ਕਰ ਰਹੇ ਦੁਬਾਰਾ, ਨੇਮ ਰੇਂਜ ਐਨ ਡਬਲ ਐਂਡ ਕਰਤੀ ਇੱਕ ਵਾਰੀ, ਬਰਾਬਰ ਐਸ ਜੀ ਐਮ ਸਮ ਓਕੇ। ਠੀਕ ਹੈ ਠੀਕ ਹੈ ਠੀਕ ਹੈ, ਸੋਰੀ ਇੱਥੇ ਆਪਾਂ ਗਲਤੀ ਕੀ ਕੀਤੀ ਹੈ ਜੀ, ਦੇਖੋ ਇਹ ਜੀਰੋ ਕਿਉਂ ਆ ਰਿਹਾ ਹੈਗਾ, ਕਿਉਂਕਿ ਮੈਂ ਇਸ ਆਈਟਮ ਨੂੰ ਚੁਣਿਆ, ਇਹਨਾਂ ਦੀ ਜਿਹੜੀ ਕਿਹੜੇ ਵੈਲਿਊ ਕੋਈ ਏ ਬੀ ਸੀ ਦੀ, ਬਟ ਆਪਾਂ ਇਹਨਾਂ ਦੀ ਕੀਮਤ ਨੂੰ ਚੁਣਨਾ ਸੀ, ਜਿਹੜੀ ਕੋਸਟ ਸੀ ਉਹਨਾਂ ਦਾ ਹੀ ਟੋਟਲ ਕਰਾਂਗੇ, ਨਮੈਰਿਕ ਵੈਲਿਊ ਦਾ ਹੀ ਕੀ ਕਰਾਂਗੇ ਆਪਾਂ ਜੀ ਟੋਟਲ ਕਰਾਂਗੇ। ਤਾਂ ਇਸ ਕਰਕੇ ਕਿ ਆਪਣੇ ਕੋਲ ਟੋਟਲ ਨਹੀਂ ਆ ਰਿਹਾ ਸੀ। ਹੁਣ ਦੇਖੋ ਮੈਂ ਰਾਈਟ ਕਲਿੱਕ ਕਰੂੰਗਾ, 10 15 ਸੀ ਦਾ ਕਰ ਲਿਆ ਜੀ, ਈ ਦਾ ਕਰ ਲਿਆ ਅਤੇ ਜੀ ਦਾ ਕਰ ਲਿਆ। ਨੇਮ ਮੈਂ ਕਰੂੰਗਾ ਹੁਣ ਕੈਪੀਟਲ, ਇਹ ਕਹਿੰਦੇ ਆਲਰੇਡੀ ਹੈਗਾ, ਐਂਟਰ ਜਨੀਕ ਨੇਮ ਸੀ ਏ ਕੈਪ ਪਾਤਾ ਮੈਨੇ। ਠੀਕ ਹੈ ਜੀ, ਇਸ ਤਰ੍ਹਾਂ ਹੀ ਲੋਅਰ ਕੇਸ ਦਾ ਕਰੂੰਗਾ, ਠੀਕ ਹੈ ਜੀ। ਹੁਣ ਮੈਂ ਜਿਹੜੀਆਂ ਵੈਲਿਊ ਸੀ ਇਹਨਾਂ ਟੋਟਲ ਪਤਾ ਕਰਨਾ ਹੈ। ਪਹਿਲਾਂ ਜੀਰੋ ਕਿਉਂ ਆ ਰਿਹਾ ਸੀ, ਕਿਉਂਕਿ ਮੈਨੇ ਕੀ ਕੀਤਾ ਸੀ ਜੀ, ਬਾਈ ਮਿਸਟੇਕ ਕੀ ਹੋਇਆ ਸੀ ਮੇਰੇ ਕੋਲ ਜੀ, ਜਿਹੜੇ ਲੈਟਰ ਕੀਤਾ ਗਿਆ ਸੀ ਚੁਣਿਆ ਗਿਆ ਸੀ ਜੀ, ਆਪਾਂ ਨੂੰ ਰੇਂਜ ਜਿਹੜੀ ਸੈੱਲ ਦੇ ਵਿੱਚ ਕੀਮਤ ਆ ਉਹਨਾਂ ਨੂੰ ਚੁਣਨਾ ਸੀ, ਤਾਂ ਹੀ ਆਪਾਂ ਟੋਟਲ ਪਤਾ ਕਰ ਸਕਦੇ ਹਾਂ, ਕਿਸੇ ਵੈਲਿਊ ਦੀ ਕੀਮਤ ਦਾ ਹੀ ਆਪਾਂ ਟੋਟਲ ਪਤਾ ਕਰ ਸਕਦੇ ਹਾਂ। ਇੱਥੇ ਮੈਂ ਲਿਖੋ ਐਲ ਇਜ ਈਕਲ ਟੂ ਐਸ ਯੂ ਐਮ ਸਮ ਸੀ ਏ ਪੀ ਕੈਪ ਰੱਖਿਆ ਸੀ ਨਾਮ ਹੈ, ਤਾਂ ਐਂਟਰ ਪ੍ਰੈਸ ਕਰੂੰ, ਦੇਖੋ ਤੁਹਾਡੇ ਲਈ 85 ਆ ਗਈ। ਉਸ ਪੰਜ ਜਿਹੜੇ ਲੈਟਰ ਨੇ ਜਿਵੇਂ 10 + 15 = 25, 25 + 15 = 40, 40 + 20 = 60, 60 + 25 = 85। ਤਾਂ ਜਿੰਨੇ ਵੀ ਜਿਹੜੇ ਕੈਪੀਟਲ ਸੀ ਆਈਟਮਸ ਉਹਨਾਂ ਦੀ ਜਿਹੜੀ ਕੀਮਤ ਸੀ ਸਾਰਿਆਂ ਦੀ ਕਿੰਨੀ ਆ ਗਈ ਜੀ, 85। ਇਸ ਤਰ੍ਹਾਂ ਲੋਅਰ ਕੇਸ ਦੇ ਵਿੱਚ ਐਸ ਯੂ ਐਮ ਸਮ ਐਲ ਓ ਡਬਲਯੂ, ਠੀਕ ਹੈ, ਐਂਟਰ 107। ਜਿਹੜੇ ਲੋਅਰ ਕੇਸ ਨੇ 12 ਅਗੇਨ ਫਿਰ 12, ਠੀਕ ਹੈ ਵੀ 18 ਜੀ, ਫਿਰ +65, ਇਹਨਾਂ ਟੋਟਲ ਚਾਰਾਂ ਦੀ ਕਿੰਨੀ ਆ ਗਈ ਵੈਲਿਊ ਜੀ, ਸੇਮ ਕਿੰਨਾ ਗਿਆ ਆਪਣੇ ਕੋਲ 107। ਤਾਂ ਆਪਾਂ ਨੂੰ ਇੱਕ ਨਾਮ ਭਰਨ ਸਾਰ ਹੀ ਕੀ ਆ ਉਸ ਵੈਲਿਊ ਕੀ ਆਈ ਪਤਾ ਲੱਗ ਰਹੀ ਹੈ, ਕਿਉਂਕਿ ਆਪਣੇ ਜਦੋਂ ਟੋਟਲ ਆਉਣਾ ਹੋਵੇ ਬਹੁਤ ਸਾਰੀਆਂ ਆਈਟਮਸ ਦਾ, ਠੀਕ ਹੈ ਕੀਮਤਾਂ ਦਾ, ਤਾਂ ਆਪਾਂ ਇੱਕ ਨਾਮ ਡਿਫਾਈਨ ਕਰਕੇ ਉਹਨਾਂ ਦਾ ਕੀ ਆਈ ਡਾਟਾ ਕੀ ਕਰ ਸਕਦੇ ਹਾਂ ਜੀ, ਕੈਲਕੂਲੇਟ ਕਰ ਸਕਦੇ ਹਾਂ। ਇਹ ਕੀ ਸੀ ਜੀ ਆਪਣੇ ਵੱਖ ਵੱਖ ਸੈੱਲਾਂ ਨੂੰ। ਹੁਣ ਆਪਣੇ ਰੇਂਜ ਦਾ ਮਤਲਬ ਕੀ ਹੈ, ਇੱਕ ਰੇਂਜ ਨੂੰ ਮੈਂ ਕੀ ਕਰੂੰਗਾ ਜੀ ਨਾਮ ਅਪਲਾਈ ਕਰੂੰ। ਤਾਂ ਮੰਨ ਲਓ ਆਪਣੇ ਕੋਲ 9 ਨੇ ਇੱਥੇ, ਏ ਬੀ ਸੀ ਡੀ ਏ ਕੀ ਨੇ, ਆਪਣੇ ਕੋਲ 9 ਆਈਟਮਸ ਨੇ। ਪਹਿਲਾਂ 4 ਆਈਟਮ ਦੇ ਰੇਂਜ ਨੂੰ ਕੀ ਕਰੂੰਗਾ ਮੈਂ ਅਲੱਗ ਨਾਮ ਦੇਊਂਗਾ, ਮੰਨ ਲਓ ਸੀ ਤੱਕ, ਠੀਕ ਹੈ ਜੀ।
आर वन लिख लिया उरे, ठीक है। पहली आ चार जड़ियाँ वैल्यू सी उन्होंने डिफाइन करूंगा जी आर वन, तो तुसी देखो इतने रेंज का की कम है, मतलब की रेंज का मैं लिखता जी नेम आर वन, ठीक है जी। स्कोप के तुहाडा वर्कबुक है रेफरेंस दे विच जिहड़ी तुहानू नजर आऊगी डबल कोलनस, ठीक है जी। शीट नंबर एक है सी थ्री तो लैके डबल कोलन मतलब की है जी इतों तो लैके छे तक की है जी टोटल रेंज की कंटीन्यूअस दे विच अपने कोल की है रेंज आ रही है जी, ठीक है जी। तो कंटीन्यू रेंज दे विच आपां की करांगे इहनू ऐड करांगे जी, कंटिन्यूस जी अपने को रेंज वो आ रही थी जी। तो हूँ जी मैं एस यू एम सम एल एल प्रेस करूँगा नाम रखे से, तो उन्होंने जो चार पहलियाँ वैल्यू सी मतलब इन्ह का की है उनंजा की है सम है। तो हूँ मैं एस यू एम सम जिसमें सिंपल दिखावा तो तुम देखोगे एक फार्मूला बार दे विच के तुम नज़र आ जाएगा जो आप फार्मूला ला रहे हैं हाँ एस यू एम सम फंक्शन लगा रहे हैं ये कितने लग रहा है जी फार्मूला बार दे नज़र आ रहा है। तो देखो की मतलब रेंज का मतलब एक दस वैल्यू चुकी जी एक पंद्रह ध्यान रखियो तुसी आ सी थ्री सी फोर मतलब दो वैल्यू चुकी हुई ने अपनी सी थ्री तो लेके सी फोर तक, ठीक है जी। तो मैं बद चुकूँगा जी ठीक है सी सैवन तक आ गई, बट तुसी ध्यान दिओ इतने एल एल आ गया आ जगह पर इतने एल एल क्यों आया क्योंकि अपने इन्हों का किया जी पहला टाइम जो नाम किया जी ट्रिपल एल दिता है इस करके इतने तक की आई कहना इन्हों का की आई जो नाम है एल एल तुम्हें रेंज डिफाइन करने की लड़ नहीं तुम जस्ट की करो जी एल एल टाइप करो। मैं चाहना कि मैं तो अगली नूं भी कैलकुलेट करना चाहना ताकि लिखा होगा जी सी थ्री डोट जो कोलन आ गए दो बन के जी सी सैवन, ठीक है जी। जिमें आप लगातार वैल्यू जोड़ के पता करते हैं तो आप लिख दें जी मैच जो कापी तो एक हाईफन सौ यद मतलब होंगे जी एक तो लैके सौ जे नंबर ने उन्हें की करना आप जोड़ पता करना है इस तरह जी आ चीज़ है इतने हाईफन, ठीक है। एक दस रही है जी रेंज कि इन्ने तो लैके इन्ने तक, बट एक्सल दे विच के दो जिहड़े डोट्स ने कॉलम्स ने इन्हां दा मतलब की है जी रेंज, ठीक है जी। तो जिहड़ा अज दा सैशन सी तुहाडा जी रेंज अते सैल दे विच के जी आपां डाटा जिहड़ा सी उन्हां नूं नाम दे के कीता जी कैलकुलेट कीता, ठीक है। तो इस दे नाल ही सी तुहाडा अज कि आपां ने जिहड़ी वर्कबुक बनाई हैगी, ठीक है जी, मैं चाहुंदा शेयर करनी चाहुंदा जी इहनूं चुने भाई शेयर करना चाहना मैं। मान लो एक दफ्तर है जो ऑफिस है उस वक् कलाइंट्स ने जो काम करते हैं इंपलाइज ने चार, तो मैं चाहना कि जी जो काम है पंजा को डाटा हैगा अपनी अपनी क्लास का, ठीक है, जो स्कूल वक् टीचर्स ने तो एक शीट पर ही वो सारा डाटा की है फिल कर, तो मैं अपनी एक बार शीट बनाई है उसनों किया जी सारे को शेयर किया जिमें आप लिस्ट दे दें कि लो जी आज सारे टीचर तो की है इस लिस्ट से की है जी नंबर ऐड करवा लो चढ़वा लो, तो आप उस टाइम की है एक वर्कशीट कर रहे साझा कर दें जो डाटा होंगे उन्होंने की कर रहे साझा कर दें। तो की है कहते ज़्यादातर दफ्तर में एक साझा ड्राइव होंगे गा जिथे सारे की वरतों टीम आम फाइलों की करती है स्टोर कर सकती है यह आम तौर उत्ते संदेश नूं वेखण लई अगवाई करता है, ठीक है जी। तो जिहड़ा संदेश है इस तरह का होगा, यह संदेश इसलिए दिसदा है क्योंकि किसी दूजे व्यक्ति ने फाइल नूं पहला ही खोलिया होया है, क्योंकि जे फाइल खोली ही है तो पहला दसूगा कि इट इज़ यूज्ड बाय अनदर यूजर या एडिटेड बाय अनदर यूजर या ओपन बाय अनदर यूजर, ठीक है जी। जब तुसीं देखा हुआ रीड ओनली कॉपी क्योंकि तुसीं इकला रीड कर सकते हो हजे इहदे च एडिट नहीं कर सकते, क्यों नहीं कर सकते क्योंकि यह अदर यूजर ने की है
ओपन करी हुई है। कई बार कहते एक समय कई व्यक्तियों ने एक फाइल उत्ते काम करना जरूरी होता है, यह ज्यादा डाटा एंट्री स्पीड बढ़ाने हो सकता है ज सिर्फ सहयोग दे लई भी चीज़ों की करते सौखा कर दें। तो मैं शेयर करने वास्ते की करते हैं जी, एक नवी वर्कशीट खोलते हैं जी, उस डाटा जो लोडिंग अपने टाइप कर लिया। मैं चाहना कि जोड़ा कोई दूसरा व्यक्ति आनू शेयर करना, मैं होर टीचर है मेरे नाल कोई भी कलीग्स ने उन्होंने की करना, मैं ये शीट में शेयर करना गा ता जो वह भी अपना डाटा की कर सकते हैं दाखिल कर सकन एक शीट के उत्ते। तैन शेयर करने के लिए स्टैप्स ने रिव्यू टैब अपने लवे, उस चेंजिस ग्रुप हैगा तो एक ऑप्शन मिलू तुम्हें शेयर ग्रुप की, एक हाथ जहाँ मिलेगा तुम्हें उस उत्ते की एक शीट बनी होगी वो तुम्हें आइकन नज़र आऊगा। तो थोड़े को डायलॉग खुलू है जी जिस लिखा होगा एडिटिंग, ठीक है, अलाउ चेंजिस बाय मोर दैन वन यूजर एट सेम टाइम, इन आप चैक करा ओके ते क्लिक करा। तो इस तरह की आई थोड़ी जी स्प्रेडशीट है जी वो की हो जाएगी सांझी हो जाएगी। देखो अपने को आ शीट है, मान लो इनू शेयर करना मैं जी रिव्यू टैब अपने लवे, ठीक है जी तुम दसा सी शेयर वर्कबुक के नीचे की है थोड़े हैंड बनया होगा हाथ बनया होगा, ठीक है उससे की प्री होगी शीट क्योंकि मैं शेयर कर रहा गया। कहना अलाओ मल्टीपल पीपल टू वर्क इन ए वर्कबुक एट द सेम टाइम, एक टाइम पर की है पीपल की है इनू यूज कर सकते हैं जो आप नैटवर्क के होंगे। तो मैं इस पर क्लिक करूँगा तो एक बॉक्स खुलूगा शेयर वर्कबुक का, एडिटिंग लिखा है अलाओ, अलाओ का मतलब आग्ञा देती कि तुम डाटा की कर सकते हो जी एड कर सकते हो यूज कर सकते हो शीट में, उस तो की करूँगा मैं ओके ते क्लिक करूँगा। तो तुम देखोगे जी इतने की है कला एक यूजर है सिंगला नाम का ना, तो जो कोई होर नैटवर्क यूजर हों वह भी इतने नज़र आता कि यूजर ने कि वरत सकते हैं, जिम्मे सिंगला इतने कोई होर यूजर भी इतने अवेलेबल होंगे जो आप नैटवर्क होते शो आउट हो उस ओके क्लिक करो, ठीक है तुम्हें सेव पूछूगा कितने एक जगह पर्टिकुलर जगह की सेव करनी है उत्थे की वो शीट की सेव हो जाएगी। जिमें तुम जानते हो अपने स्कूल एक जोड़ा कंप्यूटर है मेन, ठीक है वह सर्वर के नाल पांच जिहड़े क्लाइंट लगे हुए ने एन कंप्यूटिंग के अपने, तो जिहड़ी भी अपनी कोई फाइल होंदी है वह जाके पहले सिस्टम से की हुंदी स्टोर होंदी है, ठीक है तो जिहड़ी भी फाइल दे विच एडिटिंग कर दें तुसीं किसी भी सिस्टम ते बैठ के, तो जिहड़े भी सिस्टम तुसीं बैठे होंगे डाटा तुसीं सेव कर रहे हो कोई एडिट कर रहे हो वह कित्थे जाके सेव हो रही है जी पहले सिस्टम दे जिहड़ी अपनी मेन सर्वर है, ठीक है चाहे सर्वर लगा लो चाहे एक हार्ड डिस्क ला लो कोई एक पार्टिकुलर एक मैमरी लगा लो सारे की, ठीक है उत्थे जाके तुहाडी शीट है तुहाडी फाइल है वह जाके की हुंदी स्टोर हो जाती। तो तुसीं अज ठीक है जी की सीखा है पहला का स्टार्ट करना सीखा तुसीं जी बेसिक काम की अपने जी एम एस एक्सल चलाउण दे लई एक शुरू करना जरूरी है, फाइल नूं सेव करना जरूरी है, कोई फाइल बंद पई है जी जां किसी नूं आपां नवीं फाइल ओपन करनी है तो एक ऑफिस बटन बनया होंदा गा, ठीक है इस पर क्लिक करते हैं जे न्यू बनानी है आप न्यू पर क्लिक करते हैं जी, ठीक है वर्कबुक जे अपने कोई सेव करनी है फाइल, मान लो मैं डाटा सेव करना है तो मैं सेव पर क्लिक करूँगा, ये थोड़े को दो ऑप्शन दिख रही ने सेव अते सेव है जी, सेव पर क्लिक करूँगा क्योंकि पहली बार की कर रहा मैं सेव कर रहा तो यदा नाम रखा कोई भी रेंज, ठीक है जी क्योंकि आप रेंज पर बनाई अज काम किया सैशन जो रेंज से थोड़ा आप नाम दिता है रेंज वो टाइप की है एक्सल की शीट है वर्कबुक है उन्होंने सेव करता, ठीक है जी। तो तुम देखिए इतने सेव एज ना की खुले जी बॉक्स खुलिया है, तो दो ऑप्शन जी थोड़े को सेव अते सेव एज, जो पहली बार तुम कोई भी फाइल में सेव कर दें तो सेव एज बॉक्स नज़र आएगा, अदरवाइज की है आप सीधा डायरेक्टली की कर सकते हैं सेव कर सकते हैं, मान लो पहला कोई फाइल बनी हुई है ठीक है जी उन्हूँ आप एडिट कर रहे हैं, मान लो मैं इस कुछ होर एडिट कर रहा, ठीक है कुछ होर लिखता मैंने एनीथिंग एल्स, ठीक है जी कुछ भी तुम एड कर सकते हो, मान लो आ चार चीज़ा लिखी हुई ने इनू मैं हूँ सेव करूँगा तो थोड़े कोई भी बॉक्स नहीं खुलता, तो जी पहली अपनी फाइल है नाम बनया है रेंज वो की हो जाएगी सेव हो जाएगी। जे आप सेव एज करा तो एक नवी नाम नाल की होगी ये फाइल स्टोर होगी, हूँ सेव करूँगा मैं देखूँगी तुम उस नाम के बच्चे सेव होगी जी फाइल डाटा की है रेंज नाम की जी फाइल से उस डाटा
एडिट करता अपने उस हो गया जी सेव हो गया तो थोड़े को सेव एज बुक्स की नज़र नहीं आया। फॉर एग्जाम्पल मतलब उदाहरण तुम एडमिशन ले रहे हो फस्ट टाइम तो तुम देखते हो कि कोई भी टीचर है पहला फार्म भरा होंगे गा तो एक फाइल नवी लगती हैगी स्टार्टिंग टाइम एडमिशन टाइम तो उस तो बाद ड्यूरिंग सैशन चाहे तुम सितंबर के डाक्यूमेंट की लड़ पैगी तो सू चाहे कोई अक्टूबर लड़ पैगी तो जो डाक्यूमेंट है उसू रखने के लिए असी थोड़ी जी पहला एडमिशन टाइम फाइल लेती सी उस करा सेव करा ना कि असी सेव एज करा मतलब कि नवी फाइल लगावे तो ये दोनों ऑप्शन का मेन यही काम है। ठीक है जी इनू क्लोज करा ऑफिस बटन से जाके तुम क्लोज बटन से क्लिक कर सकते हो अदरवाइज की एग्जिट एक्सल कर सकते हो जी आ क्रोस साइन बनाया जी इस पर भी क्लिक करके इस फाइल में की कर सकते क्लोज कर सकते हो। जो अज का सैशन से मेनली यह जी थोड़ा कि आप की सीखे एक बेसिक कम सीखे ने स्प्रेडशीट टूल के तो आप जो सैशन से थोड़े जी एक नेम रेंज अपलाई करना। ठीक है जी तो एक वर्कशीट नी वर्कबुक है उन्होंने किमें आप शेयर कर सकते हैं।